ਇਹ ਸਾਰਿਆਂ ਨਾਲੋਂ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਦੇ ਫੋਰ ਵੇ ਫੋਰ ਟਰੈਕਟਰ ਤੇ ਲੱਗੀ ਹੋਈ ਸੀ ਪ੍ਰੀਤ ਪ੍ਰੀਤ ਸੀਗਾ ਰੈਡ ਕਲਰ ਦਾ ਟਰੈਕਟਰ ਹਾਂ ਪ੍ਰੀਤ ਸੀ ਹਾਂ ਤੇ ਇੱਕ ਮੈਂ ਇਹਦੇ ਵਿੱਚ ਹੋਰ ਯੂਨੀਕ ਚੀਜ਼ ਦੇਖੀ ਆ ਮੈਂ ਆਮ ਲੋਕ ਤਾਂ ਜਿਵੇਂ ਥੱਲੋਂ ਪ੍ਰੈਸ਼ਰ ਕਰਦੇ ਆ ਤੇ ਆਹ ਕਿਵੇਂ ਜਗਾੜ ਲਾਇਆ ਤੇ ਕਿੱਥੋਂ ਕਰਾਇਆ ਇਹ ਪ੍ਰੈਸ਼ਰ ਇਹ ਬਈ ਹੈ ਤਾਂ ਮਤਲਬ ਜਗਾੜਿਆ ਹਲੇ ਤਾਂ ਫਿਲਹਾਲ ਕੱਲ ਵੀ ਸਾਰਿਆਂ ਨੂੰ ਸਵਾਗਤ ਕਰਦੇ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਵਾਲੀ ਵੀਡੀਓ ਥੋੜੀ ਅਲੱਗ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਵੀਡੀਓ ਬਣਾ ਰਹੇ ਆ ਫਾਰਮ ਟਰੈਕ ਆ ਬਾਈ ਨੇ ਮੋਡੀਫਾਈ ਕੀਤਾ ਹੋਇਆ ਤੇ ਫਾਰਮ ਟਰੈਕ ਵਾਲੇ ਫਿਰ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸ ਦਿਓ ਕੱਟੜ ਫੈਨ ਫਾਰਮ ਟਰੈਕ ਵਾਲੇ ਠੀਕ ਆ ਤੇ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਬਸ ਕੀ ਨਾਮ ਆ ਵੀਰੇ ਆਪਣਾ ਆਪਣਾ ਨਾਮ ਹਰਸ਼ ਆ ਠੀਕ ਆ ਵੀਰੇ ਤੇ ਕਿਹੜਾ ਪਿੰਡ ਆ ਬਾਈ ਦਾ ਪਿੰਡ ਬਲਡ ਵਾਲਾ ਆਉਣਾ ਧੂਰੀ ਵਾਲਾ ਠੀਕ ਆ ਵੀਰੇ ਤੇ ਹੁਣ ਆਪਾਂ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਜਿਹੜਾ ਆਪਣਾ ਟਰੈਕਟਰ ਆ ਵੀਰੇ ਕਿੰਨਾ ਮਾਡਲ ਟਰੈਕਟਰ ਹੈਗਾ ਇਹ ਮਾਡਲ ਬਾਈ 10 ਆ 10 ਮਾਡਲ ਹੈਗਾ ਠੀਕ ਆ ਵੀਰੇ ਤੇ ਆਪਾਂ ਜੇ ਮੋਡੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੇ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਜੇ ਆਪਾਂ ਬੰਪਰ ਦੀ ਗੱਲ ਕਰੀਏ ਤਾਂ ਕਿੰਨੀ ਲੈਂਥ ਆ ਬੰਪਰ ਦੀ 24 ਇੰਚ ਠੀਕ ਆ ਤੇ weight ਦੀ ਗੱਲ ਕਰੀਏ weight ਚ ਹੈਗਾ ਤਕਰੀਬਨ 82 ਕੋ ਕਿਲੋ ਆ 82 ਕਿਲੋ ਆ ਠੀਕ ਆ ਤੇ ਆਪਾਂ ਜੇ ਆਪਾਂ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਹੋ ਵੀਰੇ ਰੇਟ ਇਹਦਾ ਬਣ ਗਿਆ ਹੈਗਾ ਬਈ ਮਨ ਦਾ 95-100 ਦਾ ਠੀਕ ਆ ਵੀਰੇ ਠੀਕ ਆ ਬਾਈ ਤੇ ਥੱਲੇ ਲੱਗੇ ਨੇ ਮਿੱਤਰੋ ਰੂਟਸ ਦੇ ਹਾਰਨ ਤੇ PCR ਵੀ ਲੱਗੀ ਆ PCR ਤੇ ਰੂਟਸ ਦਾ ਵੀ ਹਾਰਨ ਦਾ ਵੀ ਪ੍ਰਾਈਸ ਦੱਸ ਦਿਓ ਵੀਰੇ ਹਾਰਨ ਬਈ ਸੀਗੇ ਆਪਣੇ 3600 ਦੇ ਠੀਕ ਆ PCR ਸੀਗੇ 1300 ਦੇ ਠੀਕ ਆ ਵੀਰੇ ਤੇ ਆ ਵੀਰੇ ਆ ਨਿਕਨੇਮ ਤੁਹਾਡਾ ਇਹ ਬਈ ਆਪਣੇ ਫਾਦਰ ਸਾਹਿਬ ਦਾ ਨਿਕਨੇਮ ਆ ਠੀਕ ਆ ਵੀਰੇ ਤੇ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਬਣੀ ਆ ਬਾਈ ਪਲੇਟ ਇਹ ਬਈ 900 ਦੀ ਠੀਕ ਆ ਵੀਰੇ ਤੇ ਬਾਈ ਨੇ ਬਾਕੀ ਸਟicker ਸਮੋਕ ਕੀਤੇ ਹੋਏ ਨੇ ਫਾਰਮ ਟਰੈਕ 60 ਤੇ ਹੁਣ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਇਹਨਾਂ ਨੂੰ 2 ਫੁੱਟੇ ਵੀ ਕਹਿ ਦਿੰਦੇ ਨੇ 2 ਫੁੱਟ ਹੀ ਨਹੀਂ ਬਾਈ ਇਹ ਹਾਂ ਹਾਂ ਬਾਈ ਠੀਕ ਆ ਤੇ ਮੌਨਸਟਰ ਟਾਇਰ ਵੀ ਕਹਿ ਦਿੰਦੇ ਨੇ ਤੇ ਬਾਈ ਨੇ ਬਾਕੀ ਡੋਰੀ ਵੀ ਲਮਕਾਈ ਆ ਤੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਕਿਹੜੀ ਕੰਪਨੀ ਦੇ ਟਾਇਰ ਨੇ ਆਪਣੇ ਇਹ ਬਈ MRL ਦੇ ਠੀਕ ਆ ਵੀਰੇ ਤੇ ਸਾਈਜ਼ 2 ਫੁੱਟ ਹੀ ਨਾ ਹਾਂ 2 ਫੁੱਟ ਠੀਕ ਆ ਤੇ ਆਪਾਂ ਜੇ ਕਹਿੰਦੇ ਟਾਇਰਾਂ ਦਾ ਖਰਚੇ ਦੀ ਗੱਲ ਕਰੀਏ ਤਾਂ ਕਿੰਨਾ ਖਰਚਾ ਆ ਗਿਆ ਟਾਇਰਾਂ ਦੇ ਟਾਇਰ ਬਈ ਇਹ ਸੀਗੇ ਆਪਾਂ ਨੂੰ ਬਾਈ 34.5 ਦੇ ਹੇਮ ਟਾਇਰ ਸਮਰਾਲਾ ਠੀਕ ਆ ਵੀਰੇ ਰਿਮ ਲੈਦਰ ਲਈ ਸੀਗੇ ਵਿੱਚੇ ਰਿਮ ਹੈਵੀ ਚਾ ਪੂਰੇ ਠੀਕ ਆ ਕਟਿੰਗ ਨਾਲ ਠੀਕ ਆ ਬਾਈ ਤੇ ਇੱਕ ਮੈਂ ਇਹਦੇ ਵਿੱਚ ਹੋਰ ਯੂਨੀਕ ਚੀਜ਼ ਦੇਖੀ ਆ ਮੈਂ ਆਮ ਲੋਕ ਤਾਂ ਜਿਵੇਂ ਥੱਲੋਂ ਪ੍ਰੈਸ਼ਰ ਕਰਦੇ ਆ ਤੇ ਆਹ ਕਿਵੇਂ ਜਗਾੜ ਲਾਇਆ ਤੇ ਕਿੱਥੋਂ ਕਰਾਇਆ ਇਹ ਪ੍ਰੈਸ਼ਰ ਇਹ ਬਈ ਹੈ ਤਾਂ ਮਤਲਬ ਜਗਾੜਿਆ ਹਲੇ ਤਾਂ ਫਿਲਹਾਲ ਅੱਛਾ ਤੇ ਆਪਾਂ ਜਾਣਾ ਸੀਗਾ ਫਤਿਹਗੜ੍ਹ ਸਾਹਿਬ ਅੱਛਾ ਇਹ 2 ਕਿ ਦਿਨਾਂ ਚ ਮੱਲਾ ਦਾ ਕਰਿਆ ਸੀਗਾ ਸਾਰਾ ਜਗਾੜ ਅੱਛਾ ਤੇ ਇਹ ਕਰਾਈ ਆਪਾਂ ਲੋਟ ਬੱਦੀ ਤੋਂ ਅੱਛਾ ਜੀ ਤੇ ਉੱਥੇ ਮਿਸਤਰੀ ਹੈਗਾ ਫੋਰਮੈਨ ਹਾਂਜੀ ਹਾਂਜੀ ਉਹਨੇ ਕਰਕੇ ਦਿੱਤਾ ਇਹਨੇ ਟੈਂਪਰੇਰੀ ਕਰਿਆ ਉਸ ਤੋਂ ਬਾਅਦ ਹੁਣ ਆਪਾਂ ਚੁੱਲ੍ਹਾ ਖੋਲ ਕੇ ਹਿੱਸਾ ਖੋਲ ਕੇ ਥੱਲੇ ਡਬਲ ਜੈਕ ਲਾਉਣਾ ਠੀਕ ਆ ਜੇ ਆਪਾਂ ਇਹਦੀ ਗੱਲ ਕਰੀਏ ਇਹ ਤੇ ਕਿੰਨਾ ਖਰਚਾ ਗਿਆ ਆਪਣਾ ਕੱਲੇ ਆ ਚੀਜ਼ ਕਰਨ ਤੇ ਇਹ ਚੀਜ਼ ਕਰਨ ਤੇ ਬਈ 25000 ਰੁਪਿਆ ਜਾਨੀ ਸਮਾਨ ਸਮਾਨ ਤੇ ਲੱਗ ਗਿਆ ਠੀਕ ਹੈ ਵੀਰੇ ਤੇ ਕਿਵੇਂ ਕਾਮਯਾਬ ਆ ਜਾਂ ਕਿਵੇਂ ਦੱਸਣਾ ਚਾਹੋਗੇ ਹੁਣ ਕਿੰਨਾ ਟਾਈਮ ਵਰਤੇ ਆਪਾਂ ਕਿੰਨਾ ਟਾਈਮ ਵਰਤਿਆ ਇਹਨੂੰ ਹੋ ਗਿਆ ਮੈਨੂੰ ਲੱਗਦਾ ਮਹੀਨਾ ਹੋਣ ਵਾਲਾ ਹੋਊਗਾ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਦਿੱਕਤ ਨਹੀਂ ਬਈ ਹੋਏ ਤੱਕ ਠੀਕ ਹੈ ਜਾਨੀ ਜੇ ਕਿ ਬੰਦੇ ਨੇ ਐਵੇਂ ਵੀ ਰੱਖਣਾ ਹੋਵੇ ਕੋਈ ਚੱਕਰ ਨਹੀਂ ਐਵੇਂ ਚੱਲਦਾ ਹੈ ਜਮਾ ਸਹੀ ਚੱਲਦਾ ਠੀਕ ਹੈ ਵੀਰੇ ਤੇ ਬਾਕੀ ਬੈਟਰੀ ਤੇ ਇਹਦੀ ਬਈ ਆ ਟਾਪਾ ਜਿਹੜਾ ਨਾਲ ਨਹੀਂ ਸੀ ਇਹ ਬਾਅਦ ਚ ਬਣਵਾਇਆ ਅੱਛਾ ਤੇ ਬੈਟਰੀ ਹੈਗੀ ਉਹ ਚ 100 ਐਂਪੀਅਰ ਦੀ ਯੂਜ਼ ਕਸਟਮ ਕਰਕੇ ਠੀਕ ਆ ਆਪਾਂ ਉਹਦੀ ਵੀ ਗੱਲ ਕਰਦੇ ਆ ਬਾਈ ਜੀ ਆਪਾਂ ਗੱਲ ਕਰੀਏ ਜਿਵੇਂ ਇਹਦੇ ਵਿੱਚ ਆ ਵੀ ਚੇਂਜ ਕੀਤੇ ਹੋਏ ਨਾ ਮਤਲਬ ਪਾਏ ਹੋਈਆਂ ਲਾਈਟਾਂ ਇਹ ਪ੍ਰੋਜੈਕਟਰ ਤੇ ਪ੍ਰੋਜੈਕਟਰਾਂ ਦੇ ਕਿੰਨਾ ਖਰਚਾ ਆ ਵੀਰੇ ਪਾਉਣ ਤੇ ਇਹ ਬਈ ਆਪਣੇ ਲੋਕਲ ਦਾ ਮਿਲੇ ਨਹੀਂ ਸੀ ਤੇ ਆਨਲਾਈਨ ਮੰਗਾਈਆਂ ਸੀਗੀਆਂ ਇਹ ਹਾਂਜੀ ਇਹ ਪੈ ਗਈਆਂ ਸੀਗੀਆਂ ਆਪਾਂ ਨੂੰ 1300 ਰੁਪਏ ਦੀਆਂ ਦੋਨੇ ਠੀਕ ਆ ਵੀਰੇ ਠੀਕ ਆ ਤੇ ਆ ਵੀ ਮੈਨੂੰ ਲੱਗਦਾ ਚੇਂਜ ਕੀਤਾ ਹੋਇਆ ਨਾ ਹਾਂ ਬਈ ਠੀਕ ਆ ਬਈ ਆਪਣੇ ਲੋਕਲ ਨੂੰ ਲਿਆ ਸੀਗਾ ਪਹਿਲਾਂ ਉਹ ਵੱਡਾ ਸਾਰਾ ਸ਼ੀਸ਼ਾ ਠੀਕ ਆ ਹੁਣ ਚੇਂਜ ਕਰਤਾ ਹਾਂ ਇਹਦਾ ਸੁੱਕਾ ਲਾ ਦੇਣਾ ਆਪਾਂ ਅੱਛਾ ਮਤਲਬ ਟਰਬੋ ਲਾਉਣੀਆਂ ਨਹੀਂ ਵੈਸੀ ਬਸ ਉਹ ਕੱਢ ਦਿੰਦੇ ਹਾਂ ਉਹ ਤਾਂ ਬੜਾ ਸੋਹਣਾ ਲੱਗਦਾ ਠੀਕ ਆ ਸਲੈਂਸਰ ਨਾਲ ਉੱਪਰ ਠੀਕ ਆ ਤੇ ਬਾਈ ਜੀ ਆਪਾਂ ਅਗਲੀ ਗੱਲ ਕਰੀਏ ਥੱਲੇ ਆਪਾਂ ਮੈਂ ਦੇਖੀ ਨਹੀਂ ਸੀ ਨਾ ਬਾਰ ਕਿੰਨੇ ਇੰਚੀ ਬਾਰ ਲੱਗੀ ਆ ਇਹ ਬਈ ਸਭ ਤੋਂ ਲੰਬੀ ਜਿਹੜੀ ਹੈ ਲੈਂਥ ਆਉਂਦੀ ਆ 41 ਇੰਚ ਠੀਕ ਆ 41 ਇੰਚ ਲਾਈ ਹੈ ਬਾਈ ਹਾਂਜੀ ਠੀਕ ਆ ਵੀਰੇ ਤੇ ਬਾਕੀ ਬਾਈ ਨੇ ਟ੍ਰਿਕ ਸਮੋਕ ਕੀਤੇ ਹੋਏ ਨੇ ਬਾਕੀ ਹਾਲੈਂਡ ਵਾਲਾ ਲੱਗਿਆ ਹੈ ਸਲੈਂਸਰ ਤੇ ਸਲੈਂਸਰ ਦੀ ਜੇ ਆਪਾਂ ਗੱਲ ਕਰੀਏ ਸਲੈਂਸਰ ਦਾ ਕਿੰਨੇ ਖਰਚਾ ਹੈ ਜੀ ਸਲੈਂਸਰ ਬਈ ਇਹ ਬਈ ਇਹਨੂੰ ਲੱਗੇ ਨੂੰ ਹੋ ਗਏ ਤਕਰੀਬਨ 2 ਸਾਲ ਤੇ ਉਦੋਂ ਆਇਆ ਸੀਗਾ ਇਹ ਮੈਨੂੰ ਲੱਗਦਾ 1800 ਰੁਪਏ ਦਾ ਠੀਕ ਆ ਬਾਈ ਤੇ ਦੇਖ ਲਓ ਮਿੱਤਰੋ ਟਰੈਕਟਰ ਬਾਕੀ ਤੇ ਆ ਵੀ PCR ਲਈ ਹੈ ਬਈ ਚੱਲਦੀ ਆ ਉੱਪਰ ਲਿਖਿਆ ਹੈ ਜੈਟ ਲਾਈਫ ਤੇ ਬਾਕੀ PCR ਇਹਦੇ ਕਿੰਨਾ ਖਰਚਾ ਹੈ ਬਾਈ ਇਹ ਕਿੰਨੇ ਲਈ ਆ ਇਹ ਸੀਗੀ ਮੈਨੂੰ ਲੱਗਦਾ 6000 ਰੁਪਏ ਦੀ ਸੀਗੀ ਇਹ ਵੀ ਤੂਰੀਆਂ ਲਿਆ ਸੀ ਆਪਣੇ ਲੋਕਲ ਹੀ ਲਈ ਸੀ ਠੀਕ ਆ ਬਾਈ ਤੇ ਸੀਟ ਚੇਂਜ ਕੀਤੀ ਹੈ ਜਾਂ ਕਵਰ ਚੜਿਆ ਕਿਵੇਂ ਸੀਟ ਬਈ ਇਹਦੀ ਓਰੀਜਨਲ ਆ ਪਰ ਕਵਰ ਚੜਿਆ ਇਹ ਵੀ ਆਪਣੇ ਕਵਰ ਦਾ ਵੀ ਖਰਚਾ ਦੱਸੋ ਕਈ ਵਾਰ ਸਬਸਕ੍ਰਾਈਬਰ ਪੁੱਛ ਲੈਂਦੇ ਨੇ ਕਵਰ ਇਹ ਬਈ ਆਪਾਂ ਤੂਰੀ ਬਣਵਾਈ ਸੀ ਉਹਨੇ ਲਿਆ ਆਪਾਂ ਦਾ 600 ਰੁਪਿਆ ਠੀਕ ਆ ਮਤਲਬ ਐ ਫੋਨ ਫੂਮ ਪਾਤੀ ਹੈ ਨਾ ਹਾਂ ਕੰਫਰਟੇਬਲ ਕਰਤੀ ਪੂਰੀ ਵਧੀਆ ਤੇ ਜੇ ਗੱਲ ਕਰੀਏ ਬਈ ਲਾਈਟਾਂ ਵੀ ਚੇਂਜ ਕਰੀਆਂ ਨੇ ਨਾ ਹਾਂ ਬਈ ਨਵੇਂ ਮਾਡਲ ਦੀਆਂ ਪਹਿਲਾਂ ਇਹਦੇ ਪੁਰਾਣੀਆਂ ਸੀਗੀਆਂ ਹਾਂਜੀ ਤੇ ਇਹਨਾਂ ਨੂੰ ਵੀ ਹੋ ਗਿਆ 1.5 ਸਾਲ ਉਹ ਨਵੇਂ ਲਿਆਂਦੀਆਂ ਸੀਗੀਆਂ 4200 ਦੀਆਂ ਠੀਕ ਆ ਬਈ ਮਤਲਬ
ਚਾਰੇ ਬਾਈ ਚਾਰੇ ਠੀਕ ਆ ਵੀਰੇ ਤੇ ਬਾਈ ਆਪਾਂ ਗੱਲ ਕਰੀਏ ਪਹਿਲਾਂ ਇਹਦੇ ਵਿੱਚ ਕੰਪਨੀ ਫਿੱਟਡ ਕਿਹੜੇ ਨੰਬਰ ਦੇ ਟਾਇਰ ਪਾਏ ਸੀਗੇ ਟਾਇਰ ਬਾਈ ਇਹਦੇ ਪਹਿਲਾਂ ਵੀ 14 ਸੀ ਤੇ ਇਹ ਵੀ 14 ਨੇ ਠੀਕ ਆ ਤੇ ਬਾਕੀ ਮਿੱਤਰੋ ਦੇਖੋ ਅਲਾਇੰਸ ਦੇ ਬਾਈ ਹੁਣ
16 ਕਿੰਨੇ ਐਵਰੇਜ ਆਪਾਂ ਗੱਲ ਕਰੀਏ ਬੂਫਰ ਕਿੰਨੇ ਨੇ ਇਹਦੇ ਵਿੱਚ ਤੇ ਸਪੀਕਰ ਕਿੰਨੇ ਨੇ ਬੂਫਰ ਵੀ ਇਹਦੇ ਚ ਹੈਗਾ 16 ਇੰਚੀ 4 ਤੇ ਸਪੀਕਰ 6 ਇੰਚੀ ਹੈਗਾ 17 ਠੀਕ ਆ ਵੀਰੇ ਤੇ ਜੇ ਆਪਾਂ ਇਕੱਲੇ ਸਿਸਟਮ ਦੀ ਗੱਲ ਕਰੀਏ ਤਾਂ ਸਿਸਟਮ ਤੇ ਕਿੰਨਾ ਖਰਚਾ ਆ ਗਿਆ ਆਪਣਾ ਸਿਸਟਮ ਦੇ ਬਈ ਆ ਗਿਆ ਆਪਣਾ 75 ਤੋਂ 80 ਹਜ਼ਾਰ ਰੁਪਇਆ ਠੀਕ ਆ ਵੀਰੇ ਤੇ ਬਾਕੀ ਮਿੱਤਰੋ ਤੁਹਾਨੂੰ ਐਂਡ ਤੇ ਸੁਣਾਵਾਂਗੇ ਵੀ ਐਨਸੀਐਸ ਦੀ ਮਿਊਜ਼ਿਕ 'ਚ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਉੱਤੇ ਕਮੈਂਟ ਵੀ ਕਰ ਦਿਓ ਤੇ ਹੁਣ ਵੀਰੇ ਆਪਾਂ ਰੂਫ ਦੀ ਗੱਲ ਕਰਦੇ ਜਾਣੀ ਕਿ ਹੁੱਡ ਦੀ ਗੱਲ ਕਰਦੇ ਹਾਂ ਤੇ ਪਹਿਲਾਂ ਹੁੱਡ ਆਪਾਂ ਸਿੰਪਲ ਲਵਾਈ ਸੀ ਡਾਊਨ ਸੀਲਿੰਗ ਬਾਅਦ 'ਚੋਂ ਕੀਤੀ ਹੈ ਜਾਂ ਕਿਵੇਂ ਹੁੱਡ ਦਾ ਬਈ ਆਪਾਂ 3-4 ਬਦਲਦੀਆਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਖਾਸੀਆਂ ਲਾਈਟਾਂ ਜੀ ਵਾਲੀ ਹੁੰਦੀ ਆ ਉਹ ਲੱਗੀ ਹੋਈ ਸੀ ਸਾਲ ਕੇ ਰੱਖੀ ਆ ਉਹ ਮਗਰਾੜ ਤੋੜਦੀ ਸੀਗੀ ਯਾਰ ਅੱਛਾ ਟੁੱਟੇ ਵੀ ਹੋਇਆ ਬਿਲਡਿੰਗ ਕਰਾਏ ਹੋਇਆ ਅੱਛੇ ਤੇ ਉਹ ਤੋਂ ਬਾਅਦ ਇਹ ਲਵਾਈ ਤੇ ਫਿਰ ਜਾਂ ਸੀਲਿੰਗ ਦਾ ਪਲਾਨ ਬਣਿਆ ਉਦੋਂ ਇਹਦੀ ਹੁੱਡ ਦੁਬਾਰ ਤੋਂ ਬਦਲਾਈ ਇਹਦੇ ਆ ਬੱਟ ਜੀ ਨਹੀਂ ਸੀ ਪਹਿਲਾਂ ਵਾਲੀ ਠੀਕ ਆ ਵੀਰੇ ਤੇ ਫਿਰ ਸੀਲਿੰਗ ਦੇ ਨਾਲ ਇਹ ਦੁਬਾਰੇ ਚੇਂਜ ਕਰਾਈ ਆ ਫਿਰ ਸੀਲਿੰਗ ਕਰਾਈ ਇਹ ਮਨਕੂ ਤੋਂ ਉੱਥੇ ਆਪਣੇ ਕੁੱਪ ਤੋਂ ਠੀਕ ਆ ਮਤਲਬ ਹੁੱਡ ਆਪਾਂ ਕੱਲੀ ਕਿੰਨੇ ਚ ਲਵਾਈ ਸੀਗੀ ਹੁੱਡ ਬਈ ਲੱਗੀ ਸੀ ਇਹ 10,500 ਚ ਠੀਕ ਆ ਤੇ ਸੀਲਿੰਗ ਘਰੇ ਕੀਤੀ ਆ ਜਾਂ ਕਿ ਮਨਕੂ ਤੋਂ ਕਰਾਈ ਆ ਉੱਥੋਂ ਕਰਾਈ ਆ ਬਈ ਮਨਕੂ ਤੋਂ ਤੇ ਜੇ ਆਪਾਂ ਸੀਲਿੰਗ ਦੀ ਗੱਲ ਕਰੀਏ ਸੀਲਿੰਗ ਤੇ ਕੱਲਾ ਕਿੰਨਾ ਖਰਚਾ ਆ ਗਿਆ ਸੀਲਿੰਗ ਦੇ ਬਈ ਆ ਗਿਆ ਆਪਣਾ 12,500 ਰੁਪਏ ਦਾ ਠੀਕ ਆ ਵੀਰੇ ਤੇ ਮਿੱਤਰੋ ਦੇਖੋ ਵਧੀਆ ਭਾਈ ਉਹਨਾਂ ਦਾ ਮੈਟ ਲਾਇਆ ਤੇ ਰਫਲਾਂ ਲਾਈਆਂ ਨੇ ਡੈਡੀ ਹੁੱਟ ਲੱਗੀ ਹੋ ਜਾਣੀ ਠੀਕ ਆ ਵੀਰੇ ਤੇ ਬਾਕੀ ਵੀ ਤੁਸੀਂ ਚੈੱਕ ਕਰ ਮਣੀ ਬਾਈ ਜਗਾਈ ਲਾਈਟਾਂ ਆਈਆਂ ਦਿਖਾਇਓ ਮੜਾ ਚਲਾ ਕੇ ਤੇ ਦੇਖੋ ਮਿੱਤਰੋ ਰਾਤ ਨੂੰ ਤਾਂ ਹੋਰ ਵੀ ਘੰਟ ਲੱਗਦੀ ਹੋ ਹਾਂਜੀ ਮਿੱਤਰੋ ਜਿਹੜੀ ਸੀ ਨਾ ਇਹ ਸਾਰਿਆਂ ਨਾਲੋਂ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਦੇ 4x4 ਟਰੈਕਟਰ ਤੇ ਲੱਗੀ ਹੋਈ ਸੀ ਪ੍ਰੀਤ ਸੀਗਾ ਰੈਡ ਕਲਰ ਦਾ ਟਰੈਕਟਰ ਹਾਂ ਪ੍ਰੀਤ ਸੀ ਹਾਂ ਤੇ ਬਾਕੀ ਉਹਦੇ 'ਚ ਲੱਗੀ ਹੋਈ ਫਿਰ ਆਪਾਂ ਕਰੀ ਸੀਗੀ ਉਦੋਂ ਬਾਅਦ ਜੌਂਡੀਅਰ 'ਚ ਮਤਲਬ ਉਹ ਛਤਰੀ ਤੁਸੀਂ ਦੇਖੀ ਹੋਊਗੀ ਉਹ ਆਪਣੇ ਓਲਡ ਵਲੌਗ ਦੇ ਵਿੱਚ ਹਾਂਜੀ ਤੇ ਹੁਣ ਉਦੋਂ ਬਾਅਦ ਤਾਂ ਬਹੁਤ ਟਰੈਕਟਰਾਂ 'ਚ ਲੱਗੀ ਪਰ ਸੋਹਣਾ ਬਹੁਤ ਲੱਗਦਾ ਡਿਜ਼ਾਈਨ ਹੈ ਨਾ ਹਾਂਜੀ ਮਤਲਬ ਫੋਰਐਵਰ ਆ ਗਿੱਲ ਆਡੀਆਂ ਤਿਆਰ ਕੀਤਾ ਸੀਗਾ ਫੋਰਐਵਰ ਆ ਫੋਰਐਵਰ ਕਦੇ ਪੁਰਾਣਾ ਨਹੀਂ ਹੁੰਦਾ ਤੇ ਲਓ ਜੀ ਮਿੱਤਰੋ ਹੁਣ ਤੁਹਾਨੂੰ ਐਨਸੀਐਸ ਦੇ ਮਿਊਜ਼ਿਕ ਤੇ ਸੁਣਾਉਨੇ ਆ ਆਪਾਂ ਡੈਕ ਦੀ ਆਵਾਜ਼ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਚੈਨਲ 'ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਇੱਦਾਂ ਦੇ ਵੀਡੀਓ ਲਾਈਕ ਆਉਂਦੇ ਰਹਿੰਦੇ ਹਾਂ ਅਤੇ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ 'ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਨ੍ਹਾਂ ਕੋਲ ਫਾਰਮ ਟਰੈਕ ਨੇ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਆਪਾਂ ਤੁਹਾਨੂੰ ਨਵੀਂ ਵੀਡੀਓ 'ਚ ਓਕੇ ਬਾਏ ਅਤੇ ਹਾਂਜੀ ਹਾਂਜੀ ਤੁਸੀਂ ਦੱਸੋ ਮੈਂ ਕਿਹਾ ਜੀ ਆਹ ਜਿਹੜੀ ਮਤਲਬ ਉਹ ਆ ਗਈ ਯਾਰ ਦੁਬਾਰੇ ਚਲਾ